इस पिंड च नहीं बन सकिया कोई भी सरपंच। उम्मीदवारां नालों वध वोटां पईआं नोटां नूं। साढ़े 900 वोटां चों 406 लोकां ने दबिया नोटां दा बटन। एक उम्मीदवार नूं 271 ते दूजे नूं पईआं 227 वोटां। आजाद उम्मीदवार दे कागज हो गए सी रद्द। लोकां ने पार्टियां दे उम्मीदवारां नूं नहीं पाई वोट। कल पंजाब दे विच पंचायती चोणां सी ते हर एक पासे जिहड़ी सी वोटिंग होई और दस दईए कि एक पंजाब दे विच तरन तरन दे विधानसभा खडूर साहिब दा पिंड जोधपुर एक इहो जिहा पिंड हो सकता आपां कह सकदे हां कि जिथे 406 वोटां जिहड़ियां ने नोटां नूं पईआं ने और 271 दे करीब वोट जिहड़ी आ सरपंच नूं पई आ। यानी कि इस पिंड दे विच लोकां ने सब तों ज़्यादा प्रयोग जिहड़ा नोटां दा कीता और मैंबर भी जिहड़े ने जरूर चुने गए ने और जिहड़े कैंडीडेट भी इत्थे मौजूद ने। की कहना चाहुंदे हो, किहड़ी गल्लों जिहड़ियां लोकां ने इस पिंड दे विच खास करके नोटां दा प्रयोग ज़्यादा कीता? ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਹਲਕਾ ਖਡੂਰ ਸਾਹਿਬ ਦੀ ਪਿੰਡ ਬਲਾਕ ਤਰਨ ਤਾਰਨ ਦਾ ਪਿੰਡ ਜੋਧਪੁਰ ਆ ਜੀ। ਇਹਦੇ ਵਿੱਚ ਪਹਿਲੋਂ ਸਾਡੀ ਫਾਇਲ ਰਿਜੈਕਟ ਕਰਾਈ ਗਈ ਧੱਕੇ ਨਾਲ। ਉਦੋਂ ਬਾਅਦ ਅਸੀਂ DC ਦੇ ਬਹੁਤ ਚੱਕਰ ਲਾਏ, DC ਦੇ ਐਪਲੀਕੇਸ਼ਨਾਂ ਵੀ ਲਾਈਆਂ, ਸਾਡੀ ਕੋਈ ਸੁਣਵਾਈ ਨਹੀਂ। ਉਦੋਂ ਬਾਅਦ ਅਸੀਂ DC ਸਾਹਿਬ ਨੂੰ ਵੀ ਐਪਲੀਕੇਸ਼ਨ ਲਾਈ ਆ, ਚੋਣ ਕਮਿਸ਼ਨ ਨੂੰ ਵੀ ਲਾਈ ਆ, ਚੀਫ ਸੈਕਟਰੀ ਨੂੰ ਵੀ ਲਾਈ ਆ, SDM ਦੇ ਵੀ ਚੱਕਰ ਕਰਦੇ, ADC ਨੂੰ ਵੀ ਅਸੀਂ ਲਾਈ ਆ, ਸਾਰਿਆਂ ਨੂੰ ਇਹ ਲੈਟਰ ਦਿੱਤੀ ਹੋਈ ਆ। ਹਾਰ ਕੇ ਸਾਡੀ ਨਹੀਂ ਕੋਈ ਸੁਣਵਾਈ ਹੋਈ ਅਤੇ ਅਸੀਂ ਨੋਟਾਂ ਦਾ ਪ੍ਰਯੋਗ ਕੀਤਾ। ਅਸੀਂ ਸਾਰੇ 10 ਦਿਨ ਪਿੰਡ 'ਚ ਪ੍ਰਚਾਰ ਕੀਤਾ, ਸਾਰਿਆਂ ਭੈਣਾਂ ਭਰਾਵਾਂ ਇਕੱਠਿਆਂ ਹੋ ਕੇ, ਜਿਹੜੇ ਵੀ ਕੈਂਡੀਡੇਟ ਆ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ, ਅਸੀਂ ਨੋਟਾਂ ਦਾ ਪ੍ਰਯੋਗ ਕਰਾਂਗੇ। ਅਸੀਂ ਨੋਟਾਂ ਨੂੰ ਤਕੜੇ ਹੋ ਕੇ ਜਿਤਾਇਆ, ਦਿਨ ਰਾਤ ਮਿਹਨਤ ਕਰਕੇ ਜਿਤਾਇਆ, ਸਾਰੇ ਭੈਣਾਂ ਭਰਾਵਾਂ ਦੇ ਸਹਿਯੋਗ ਨਾਲ ਜਿਤਾਇਆ। ਜੇ ਗੱਲ ਕਰ ਲਈਏ ਤਾਂ ਨੋਟਾਂ ਦਾ ਪ੍ਰਯੋਗ ਕਰਨ ਦਾ ਕਾਰਨ ਕੀ ਬਣਿਆ ਅਤੇ ਕੀ ਪ੍ਰਸ਼ਾਸਨ ਨੂੰ ਤੁਸੀਂ ਇਸ ਪੱਖੀ ਜਿਹੜਾ ਜਾਗਰੂਕ ਕੀਤਾ ਸੀ ਕਿ ਅਸੀਂ ਨੋਟਾਂ ਦਾ ਪ੍ਰਯੋਗ ਕਰਾਂਗੇ? ਤੁਸੀਂ ਕੋਈ ਐਪਲੀਕੇਸ਼ਨਾਂ ਵੀ ਲਿਖੀਆਂ? ਲਿਖੀਆਂ ਜੀ, ਬਿਲਕੁਲ, SDM ਸਾਹਿਬ ਨੂੰ ਵੀ ਐਪਲੀਕੇਸ਼ਨ ਦਿੱਤੀ ਹੈ। ਉਹਦੇ ਵਿੱਚ ਲਿਖਿਆ ਜੀ, ਅਸੀਂ ਨੋਟਾਂ ਦਾ ਪ੍ਰਯੋਗ ਕਰਾਂਗੇ, ਪਿੰਡ ਦੇ ਸੰਯੋਗ ਦੇ ਨਾਲ ਅਸੀਂ ਕੋਈ 50 ਤੋਂ 60 ਬੰਦਿਆਂ ਦੇ ਸਿਗਨੇਚਰ ਕਰਾ ਕੇ ਵੀ ਭੇਜੇ ਹੋਏ ਆ, ਚੋਣ ਕਮਿਸ਼ਨਰ ਸਾਹਿਬ ਨੂੰ ਵੀ ਭੇਜੇ ਹੋਏ ਆ, ਚੀਫ ਸੈਕਟਰੀ ਸਾਹਿਬ ਨੂੰ ਵੀ ਭੇਜੇ ਹੋਏ ਆ, DC ਸਾਹਿਬ ਨੂੰ ਭੇਜੇ ਹੋਏ ਆ। ਪਰ ਕਾਰਨ ਕੀ ਰਿਹਾ ਪ੍ਰਯੋਗ ਕਰਨ ਦਾ? ਕਿੰਨੀ ਵੋਟ ਪਈ ਨੋਟਾਂ ਨੂੰ ਔਰ ਜਿਹੜੇ ਤਾਂ ਉਮੀਦਵਾਰ ਜਿਹੜੇ ਸਰਪੰਚ ਖਲੋਤੇ ਸੀ ਉਹਨਾਂ ਨੂੰ ਕਿੰਨੀ ਵੋਟ ਪਈ? ਸਰ, ਸਾਡੇ ਪਿੰਡ ਦੀ ਟੋਟਲ 934 ਵੋਟਾਂ ਪੁਗਲੀਆਂ ਆ, ਜਿਨ੍ਹਾਂ ਵਿੱਚੋਂ 406 ਵੋਟਾਂ, ਜਿਹਦੇ ਵਿੱਚੋਂ ਇਹਨਾਂ ਸਾਡੀਆਂ 24-26 ਵੋਟਾਂ ਕੈਂਸਲ ਕੀਤੀਆਂ ਨੋਟਾਂ ਦੀਆਂ। ਫਿਰ ਉਹਦੇ ਵਿੱਚ 406 ਵੋਟਾਂ ਪਈਆਂ ਨੋਟਾਂ ਨੂੰ, 271 ਵੋਟਾਂ ਪਈਆਂ ਬੀਬੀ ਬਲਵਿੰਦਰ ਕੌਰ ਜਿਨ੍ਹਾਂ ਨੇ ਸਰਪੰਚ ਕਰਾਰ ਦਿੱਤਾ, 247 ਵੋਟਾਂ ਪਈਆਂ ਜੀ ਆਮ ਆਦਮੀ ਪਾਰਟੀ ਦੀ ਬੀਬੀ ਰਾਣੀ ਨੂੰ। ਅੱਛਾ, ਹਾਂਜੀ, ਸਭ ਤੋਂ ਵੱਧ ਨੋਟਾਂ ਨੂੰ 406 ਵੋਟਾਂ ਪਈਆਂ, ਇਸ ਕਰਕੇ ਸਾਡੇ ਪਿੰਡ ਦੇ ਸਹਿਯੋਗ ਨਾਲ ਇਹ ਨੋਟਾਂ ਨੂੰ ਜਿਤਾਇਆ, ਸਾਡਾ ਉਮੀਦਵਾਰ ਨੋਟਾ ਵਾ। ਮਤਲਬ ਸਰਪੰਚ ਹੋ ਗਿਆ ਕਿ ਫਿਰ ਸਾਡਾ ਸਰਪੰਚ ਨੋਟਾ ਵਾ? ਹਾਂ, ਸਾਡਾ ਸਰਪੰਚ ਨੋਟਾ ਵਾ ਜੀ। ਹੁਣ ਸਾਡੀ ਹੁਣ ਮੰਗ ਹੈ ਅਗਲੀ ਵੀ ਸਾਡੇ ਪਿੰਡ ਦੀ ਦੁਬਾਰਾ ਸਰਪੰਚੀ ਦੀ ਚੋਣ ਕਰਵਾਈ ਜਾਵੇ। ਅੱਛਾ, ਕਿਹੜੀ ਕਿਹੜੀ ਗੱਲੋਂ ਕਰਾਈ ਜਾਵੇ? ਬਸ ਜੀ, ਸਾਡਾ ਪਿੰਡ ਦੇ ਸੰਯੋਗ ਨਾਲ ਕੋਈ ਪਿੰਡ ਦਾ ਕੰਮ ਨਹੀਂ ਹੋ ਰਿਹਾ, ਤੇ ਸਾਡੇ ਪਿੰਡ ਦੀਆਂ ਸੜਕਾਂ ਵੇਖੋ, 20 ਸਾਲ ਤੋਂ ਇਸ ਪਿੰਡ ਦੇ ਵਿੱਚ ਕੋਈ ਵੀ ਕੰਮ ਵੇਖੋ, ਕਿਸੇ ਵੀ ਸੜਕ ਦਾ ਕੋਈ ਕੰਮ ਨਹੀਂ, ਕਿਸੇ ਕੋਈ ਸਾਡਾ ਤਹਿਸੀਲ 'ਚ ਕੰਮ ਨਹੀਂ, ਪਿੰਡ ਦੇ ਛੱਪੜ ਦਾ ਕੰਮ ਨਹੀਂ, ਸਾਡੇ ਪਾਣੀ ਦਾ ਵਿਕਾਸ ਵੇਖ ਲਓ, ਸਾਡੇ ਪਿੰਡ ਦੇ ਪਾਣੀ ਦਾ ਵਿਕਾਸ ਕੋਈ ਨਹੀਂ ਗਾ, ਕੋਈ ਗਲੀਆਂ ਦਾ ਵਿਕਾਸ ਨਹੀਂ ਗਾ। ਬਿਲਕੁਲ, ਆ ਮੈਂਬਰ ਵੀ ਨਾਲ ਜਿੱਤੇ ਨੇ, ਕਿਸ ਤਰੀਕੇ ਦਾ ਤੁਸੀਂ ਫਿਰ ਪਿੰਡ 'ਚ ਪ੍ਰਚਾਰ ਕੀਤਾ ਔਰ ਕਿਸ ਤਰੀਕੇ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਇਸ ਬਾਰੇ? ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਜੀ, ਤੁਸੀਂ ਸਾਡੇ ਪਿੰਡ ਆਏ, ਬਹੁਤ ਵੱਡਾ ਮਿਹਰਬਾਨੀ। ਅਸੀਂ ਬੜੇ ਜ਼ੋਰ ਸ਼ੋਰ ਨਾਲ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਅਸੀਂ, ਪਰ ਸਾਡੇ ਪਿੰਡ ਦਾ ਕੋਈ ਵਿਕਾਸ ਨਹੀਂ ਹੋਇਆ। ਆ ਤੁਸੀਂ ਲੰਘ ਕੇ ਆਏ ਸ਼ਾਇਦ, ਤੁਹਾਨੂੰ ਪਤਾ ਹੀ, ਤੁਸੀਂ ਵੇਖ ਵੀ ਲਈ ਆ, ਪਹਿਲਾਂ ਵੀ ਇਹ ਖਬਰ ਲਵਾਈ ਸੀ, ਪਰ ਸਾਡਾ ਕੋਈ ਨਹੀਂ MLA, ਦੋਨਾਂ ਨੇ ਨਹੀਂ, ਸਾਡੇ ਦੋ ਹਲਕੇ ਪੈਂਦੇ ਆ। ਆਹ ਸੜਕ ਜਿਹੜੀ ਆ, MLA ਹਲਕਾ ਲਾਲਪੁਰ ਸਾਹਿਬ ਦਾ ਹੀ ਆ ਅਤੇ MLA ਹਲਕਾ ਸੋਲ ਦਾ ਵੀ ਆ, ਪਰ ਸਾਡੇ ਪਿੰਡ ਦਾ ਕੋਈ ਵਿਕਾਸ ਨਹੀਂ ਹੁੰਦਾ, ਜਿਸ ਕਰਕੇ ਅਸੀਂ ਦੁਖੀ ਹੋ ਗਏ। ਆਪਣਾ ਸਰਪੰਚ ਚੋਣ ਦੀ ਕੋਸ਼ਿਸ਼ ਕੀਤੀ ਅਤੇ ਸਾਡੇ ਸਰਪੰਚਾਂ ਦੇ ਕਾਗਜ਼ ਰੱਦ ਕਰਾਤੇ। ਉਸ ਤੋਂ ਬਾਅਦ ਅਸੀਂ ਪ੍ਰਚਾਰ ਕੀਤਾ, ਨੋਟਾਂ ਨੂੰ ਪਵਾਂਗੇ, ਦੱਸਿਆ ਵੀ ਅਸੀਂ ਸਾਹਿਬ ਨੂੰ, DC ਸਾਹਿਬ ਨੂੰ ਦੱਸਿਆ, SDF ਸਾਹਿਬ ਨੂੰ ਦੱਸਿਆ ਕਿ ਨੋਟਾਂ ਨੂੰ ਜਿਤਾਉਣਾ ਵਾ, ਨੋਟਾਂ ਨੂੰ ਵੋਟਾਂ ਪਾਈਆਂ। ਲੋਕ ਵੀ ਜਾਗਰੂਕ ਹੋ ਗਏ ਆ, ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਚੀਜ਼ਾਂ ਜਿਹੜੀਆਂ ਵਾ ਹੈਗੀਆਂ ਵਾ, ਇਸ ਕਰਕੇ ਲੋਕਾਂ ਨੇ ਵੱਧ ਚੜ ਕੇ ਹਿੱਸਾ ਲਿਆ ਨੋਟਾਂ ਵਿੱਚ ਅਤੇ ਨੋਟਾਂ ਨੂੰ 406 ਵੋਟਾਂ ਪਾ ਕੇ ਨੋਟਾ ਜਿਤਾਇਆ ਅਤੇ ਇਸ ਵਕਤ ਸਾਡਾ ਸਰਪੰਚ ਨੋਟਾ ਆ। ਤੇ ਜਿਹੜੇ ਹੁਣ ਤੁਸੀਂ ਮੈਂਬਰ ਹੋ, ਫਿਰ ਕੀ ਨੋਟਾ ਦੇ ਰਹਿਤ ਹੋਣਾ, ਅਗਲਾ ਤੁਹਾਡਾ ਕੀ ਸਟੈਪ ਰਹੇਗਾ? ਅਗਲਾ ਸਾਡਾ ਇਹ ਆ ਜੀ, ਅਸੀਂ 6 ਮੈਂਬਰ ਆ ਆਪਣੇ ਪੰਚਾਇਤ ਦੇ ਆ, ਪੰਚਾਇਤ ਰਹਿ ਵੀ ਸਾਡੀ ਬਣਦੀ ਆ, ਤਾਂ ਅਸੀਂ ਸਰਪੰਚ ਜਿਹੜਾ ਵਾ ਉਹ ਸਹਿਮਤੀ ਨਾਲ ਨੋਟਾਂ ਨੂੰ ਕਰਾਂਗੇ, ਜੇ ਜਾਂ ਜੇ ਪ੍ਰਸ਼ਾਸਨ ਵੋਟਾਂ ਦੁਬਾਰਾ ਪਾਵੇ ਤਾਂ ਸਾਡਾ ਸਰਪੰਚ ਜਿਹੜਾ ਉਹ ਦੁਬਾਰਾ ਚੁਣਿਆ ਜਾਵੇ। ਜਦੋਂ ਫਿਰ ਰਾਤ ਨੋਟਾਂ ਨੂੰ ਵੋਟਾਂ ਪੈ ਗਈਆਂ ਸੀ ਤਾਂ ਕੀ ਪ੍ਰਸ਼ਾਸਨ ਨੇ ਕੋਈ ਲਿਖਤੀ ਕੁਛ ਰੂਪ? ਸਾਨੂੰ ਕੁਛ ਨਹੀਂ ਜੀ, ਅਸੀਂ ਬੜਾ ਉਹਨਾਂ ਨੂੰ ਕਿਹਾ ਜੀ ਵੀ ਸਾਨੂੰ ਇਹਦਾ ਲਿਖਤੀ ਦਿਓ,
ਨੋਟਾਂ ਦਾ ਲਿਖ ਕੇ ਦਿੱਤੀ ਜੀ ਉਹ ਕਹਿੰਦੇ ਅਸੀਂ ਲਿਖ ਤੇ ਨਹੀਂ ਦੇ ਸਕਦੇ ਅਸੀਂ ਮਤਲਬ ਨਾ ਇਹਦਾ ਸਰਟੀਫਿਕੇਟ ਜਾਰੀ ਕਰ ਸਕਦੇ ਹਾਂ ਅਤੇ ਨਾ ਤੁਹਾਨੂੰ ਇਹ ਕੱਚੇ ਕਾਗਜ਼ 'ਤੇ ਲਿਖ ਕੇ ਦੇ ਸਕਦੇ ਹਾਂ ਮਤਲਬ ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਵੀ ਪ੍ਰੋਸੀਜਰ ਨਹੀਂ ਹੈਗਾ ਅਤੇ ਜੇ ਇਹਨਾਂ ਦੇ ਕੋਈ ਇਹਨਾਂ ਦੇ ਕੋਲ ਪ੍ਰੋਸੀਜਰ ਨਹੀਂ ਹੈਗਾ ਤਾਂ ਫਿਰ ਨੋਟਾ ਰੱਖਿਆ ਕਿ ਉਹਨਾਂ ਨੇ ਫਿਰ ਨੋਟਾ ਬਣਾਇਆ ਕੋਈ ਸਰਕਾਰ ਫਿਰ ਨੋਟਾ ਬੰਦ ਕਰ ਦੇ ਜੇ ਇਹਨਾਂ ਕੋਲ ਇਹ ਚੀਜ਼ਾਂ ਨਹੀਂ ਹੈਗੀਆਂ ਤਾਂ ਠੀਕ ਹੈ ਨਾ ਫਿਰ ਜਾਗਰੂਕ ਲੋਕ ਤਾਂ ਹੀ ਜਾਗਰੂਕ ਹੋਣਗੇ ਨਾ ਜੇ ਚੀਜ਼ਾਂ ਵਰਤਾਂਗੇ ਤਾਂ ਆਪਾਂ ਫਿਰ ਹੀ ਪਤਾ ਲੱਗੂ ਲੋਕਾਂ ਨੂੰ ਅਤੇ ਜੇ ਇਹਨਾਂ ਦਾ ਪ੍ਰਯੋਗ ਹੀ ਨਹੀਂ ਹੋਣਾ ਤਾਂ ਫਿਰ ਫਾਇਦਾ ਕੀ ਇਹਨਾਂ ਚੀਜ਼ਾਂ ਲੋਕਾਂ ਦਾ ਫਿਰ ਇਹਦਾ ਲਾ ਕੇ ਕਿਉਂ ਫਿਰ ਕੀ ਫਾਇਦਾ ਇਹਨਾਂ ਕਾਨੂੰਨਾਂ ਦਾ ਜੇ ਕਾਨੂੰਨ ਚੱਲ ਮੰਨਣੇ ਹੀ ਨਹੀਂ ਜਾਣੇ ਜਾਂ ਸੁਣੇ ਹੀ ਨਹੀਂ ਜਾਣੇ ਤੇ ਕੀ ਫਾਇਦਾ ਇਹਨਾਂ ਕਾਨੂੰਨ ਦਾ ਤੁਸੀਂ ਫਿਰ ਦਿਨ ਰਾਤ ਮਿਹਨਤ ਜਿਹੜੀ ਆ ਉਹ ਨੋਟਾਂ ਵਾਸਤੇ ਹੀ ਕਰਦੇ ਰਹੇ ਦਿਨ ਰਾਤ ਨੋਟਾਂ ਵਾਸਤੇ ਕਰਦੇ ਰਹੇ ਜਿਹੜਾ ਪ੍ਰਚਾਰ ਚੱਲਿਆ ਦਿਨ ਰਾਤ ਨੋਟਾਂ ਵਾਸਤੇ ਚੱਲਿਆ ਜੀ ਦਿਨ ਰਾਤ ਨੋਟਾਂ ਵਾਸਤੇ ਕੀ ਕਹਿਣਾ ਚਾਹੁੰਦੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਪਹਿਲੀਆਂ ਸਰਕਾਰਾਂ ਸੀ ਪੰਜਾਬ ਆਪ ਪਾਰਟੀ ਜਿਵੇਂ ਇਹਨਾਂ ਕੋਈ ਵੀ ਵਿਕਾਸ ਨਹੀਂ ਕੀਤਾ ਕੰਮ ਪਿੰਡ ਦਾ ਵਿੱਚ ਸਾਰੇ ਪਾਣੀ ਦਾ ਕੋਈ ਵਿਕਾਸ ਨਹੀਂ ਹੈਗਾ ਤੁਹਾਡੇ ਸਾਹਮਣੇ ਗਲੀਆਂ ਨਾਲੀਆਂ ਉਸੇ ਤਰ੍ਹਾਂ ਪਾਣੀ ਤੁਰਿਆ ਫਿਰਨ ਡਿਆ ਵਾ ਸੜਕ ਵੀ ਸਾਡੀ ਟੁੱਟੀ ਹੋਈ ਆ ਪਿੰਡ ਦੀ ਜਿਹੜੀ ਮੇਨ ਸੜਕ ਇਸੇ ਦੁਖੀ ਹੋ ਗਏ ਤੁਸੀਂ ਫਿਰ ਨੋਟਾਂ ਦਾ ਪ੍ਰਯੋਗ ਹਾਂ ਨਹੀਂ ਨਹੀਂ ਹਾਂਜੀ ਇਹੀ ਇਹ ਤੋਂ ਬਾਅਦ ਨਾ ਕੋਈ ਸਾਡਾ ਪਾਣੀ ਦਾ ਵਿਕਾਸ ਆ ਨਾ ਸਾਡੇ ਮੜੀਆਂ ਦਾ ਕੋਈ ਵਿੱਚ ਹੈਗਾ ਵਾ ਵਿਕਾਸ ਹੋਇਆ ਜਿਹੜੇ ਮੇਨ ਤਿੰਨ ਮੁੱਦੇ ਸੀ ਸਾਡੇ ਕੋਈ ਕੰਮ ਨਹੀਂ ਹੋਇਆ ਪਹਿਲਾਂ ਅਸੀਂ ਯਾਰ ਕਿ ਨਗਰ ਵਾਸੀਆਂ ਨੇ ਚਾਹ ਕਿ ਜਿਹੜਾ ਕੋਈ ਚੰਗਾ ਸਰਪੰਚ ਆ ਚੁਣ ਕੇ ਚੰਗੇ ਮੈਂਬਰ ਚੁਣ ਕੇ ਉਹਨਾਂ ਨੂੰ ਅੱਗੇ ਲਿਆਂਦਾ ਜਾਵੇ ਪਰ ਮੌਜੂਦਾ ਸਰਕਾਰ ਨੇ ਜਿਹੜੇ ਧੱਕੇ ਨਾਲ ਜਿਹੜਾ ਚੰਗਾ ਉਮੀਦਵਾਰ ਸੀ ਸ਼ੰਕਰ ਸਿੰਘ ਰਾਜ ਕੌਰ ਪਤਨੀ ਸ਼ੰਕਰ ਸਿੰਘ ਉਹਨਾਂ ਦੇ ਫਾਇਰ ਰਿਜੈਕਟ ਕਰਾਈ ਆ ਅਤੇ ਬਾਕੀ ਸਾਡੇ ਦੋ ਮੈਂਬਰਾਂ ਦੇ ਵੀ ਰਿਜੈਕਟ ਕਰਾਏ ਉਹਨਾਂ ਕਾਗਜ਼ ਵਿੱਚ ਬਾਕੀ ਸਾਡੇ 6 ਮੈਂਬਰ ਜਿਹੜੇ ਆ ਉਹ ਆਪਣੇ ਆਪ ਜਿੱਤੇ ਆ ਅਤੇ ਬਾਕੀ ਜਿਹੜਾ ਨੋਟਾਂ ਬਾਰੇ ਵੀ ਆਪਣੇ ਪ੍ਰਸ਼ਾਸਨ ਨੂੰ ਕਿਹਾ ਸੀ ਵੀ ਅਸੀਂ ਉਹੀ ਡੀ ਸੀ ਸਾਹਿਬ ਨੂੰ ਐਸ ਡੀ ਐਮ ਸਾਹਿਬ ਨੂੰ ਚੋਣ ਕਮਿਸ਼ਨ ਨੂੰ ਵੀ ਅਸੀਂ ਜਿਹੜੇ ਪੱਤਰ ਜਾਰੀ ਕੀਤੇ ਆ ਸਾਰੇ ਅਸੀਂ ਨੋਟਾਂ ਦਾ ਪ੍ਰਯੋਗ ਕਰਨਾ ਜੋਧਪੁਰ ਵਾਸੀ ਸਾਰੇ ਨੇ ਕਿਉਂਕਿ ਸਾਡਾ ਜਿਹੜਾ ਚੰਗਾ ਉਮੀਦਵਾਰ ਸੀ ਉਹਦੇ ਕਾਗਜ਼ ਰਿਜੈਕਟ ਕਰਨ ਕਰਕੇ ਨੋਟਾਂ ਦੀ ਵਰਤੋਂ ਕੀਤੀ ਸੀ ਬਿਲਕੁਲ ਇਹ ਪਿੰਡ ਦੇ ਲੋਕ ਨੇ ਔਰ ਦੱਸ ਦਈਏ ਕਿ ਸਰਪੰਚ ਯਾਨੀ ਕਿ ਆਪਾਂ ਇਸ ਪਿੰਡ ਦੇ ਵਿੱਚ ਜੋਧਪੁਰ 'ਚ ਨੋਟਾਂ ਨੂੰ ਕਹਿ ਸਕਦੇ ਹਾਂ ਕਿਉਂਕਿ ਸਭ ਤੋਂ ਜ਼ਿਆਦਾ ਪ੍ਰਯੋਗ ਇੱਥੋਂ ਦੇ ਪਿੰਡ ਵਾਸੀਆਂ ਨੇ ਜਿਹੜਾ ਨੋਟਾਂ ਦਾ ਕੀਤਾ ਅਤੇ ਨੋਟਾਂ ਨੂੰ 406 ਦੇ ਕਰੀਬ ਜਿਹੜੀਆਂ ਵੋਟਾਂ ਪਾਈਆਂ ਹਾਲਾਂਕਿ ਜਿਹੜਾ ਸਰਪੰਚੀ ਉਮੀਦਵਾਰ ਖਿਲਾਰਿਆ ਗਿਆ ਸੀ 271 ਦੇ ਕਰੀਬ ਵੋਟ ਹੈ ਜਿਹੜੀ ਆ ਉਹਨਾਂ ਨੂੰ ਪਈ ਆ ਫਿਲਹਾਲ ਪ੍ਰਸ਼ਾਸਨ ਨਾਲ ਵੀ ਇਹਨਾਂ ਦੀ ਗੱਲਬਾਤ ਹੋਈ ਹੈ ਪਹਿਲਾਂ ਤੋਂ ਹੀ ਜਿਹੜੀਆਂ ਚਿੱਠੀਆਂ ਲਿਖ ਕੇ ਪ੍ਰਸ਼ਾਸਨ ਨੂੰ ਦਿੱਤੀਆਂ ਗਈਆਂ ਸੀ ਕਿ ਅਸੀਂ ਇਸ ਪਿੰਡ ਦੇ ਵਿੱਚ ਅਗਰ ਉਮੀਦਵਾਰ ਨਹੀਂ ਚੰਗਾ ਖਿਲਾਰਿਆ ਤਾਂ ਨੋਟਾਂ ਦਾ ਪ੍ਰਯੋਗ ਕਰਾਂਗੇ ਉਸ ਕਰਕੇ ਸਾਰੇ ਨਗਰ ਨੇ ਜਿਹੜਾ ਨੋਟਾਂ ਦਾ ਪ੍ਰਯੋਗ ਕੀਤਾ